ਵਰਾਸਤ ਟੀਵੀ ਦੇ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਵਿੱਚ ਜੀ ਆਇਆਂ ਨੂੰ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੋਸ਼ੇਕਾਲ। ਉਮੀਦ ਤੇ ਅਰਦਾਸ ਹੈ ਜਿੱਥੇ ਕਿਤੇ ਹੋਵੋਗੇ ਪਰਮਾਤਮਾ ਅਕਾਲਪੁਰਖ ਅੱਲਾਹ ਤਾਲਾ ਦੇ ਪਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਦੋਸਤੋ ਇਸ ਪ੍ਰੋਗਰਾਮ ਦੇ ਰਾਹੀਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕਿਤਾਬਾਂ ਦੇ ਰੂਬਰੂ ਕਰਵਾਇਆ ਜਾਵੇ। ਕਿਤਾਬਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ। ਅਸੀਂ ਇੱਕ ਛੋਟੀ ਜਹੀ ਲਾਇਬ੍ਰੇਰੀ ਵਿੱਚ ਬੈਠੇ ਹੋਏ ਸਮੁੱਚੇ ਬ੍ਰਹਿਮੰਡ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਆ ਕਿਉਂ ਕਿ ਕਿਤਾਬਾਂ ਦੇ ਵਿੱਚ ਇੰਨਾ ਗਿਆਨ ਹੁੰਦਾ ਹੈ ਇੰਨਾ ਗਿਆਨ ਹੁੰਦਾ ਹੈ ਕਿ ਜੋ ਇਕੱਠਾ ਕਰਨਾ ਹੋਵੇ ਤੇ ਮੈਂ ਸਮਝਦਾ ਬਈ ਇੱਕ ਜਨਮ ਕੀ ਅਸੀਂ ਕਈ ਜਨਮ ਵੀ ਲੈ ਲਈਏ ਤਾਂ ਵੀ ਅਸੀਂ ਜਿਹੜੇ ਉਹ ਮੁਕੰਮਲ ਨਹੀਂ ਹੋ ਸਕਦੇ ਤਾਂ ਵੀ ਅਸੀਂ ਅੱਧੇ ਹਦੂਰੇ ਹੀ ਰਵਾਂਗੇ ਇਤੋਂ ਤੱਕ ਕਿ ਮੈਨੂੰ ਲੱਗਦਾ ਵੀ ਸ਼ਾਇਦ ਅੱਧ ਵਿੱਚ ਵੀ ਅਸੀਂ ਨਹੀਂ ਪਹੁੰਚ ਸਕਦੇ ਖੈਰ ਪਰ ਜਿਹੜੀ ਜ਼ਿੰਦਗੀ ਅਸੀਂ ਜੋ ਰਹੇ ਆ ਜੇ ਕਿਤਾਬਾਂ ਦਾ ਸਹਾਰਾ ਜਾਂ ਕਿਤਾਬਾਂ ਦੀ ਟੇਕ ਲੈਨੇ ਆ ਤੇ ਇਸ ਜ਼ਿੰਦਗੀ ਨੂੰ ਮੰਨਣ ਦਾ ਸੋਝ ਥੋੜਾ ਵੱਖਰਾ ਹੋ ਜਾਂਦਾ ਯਾਰ ਸਾਡੀ ਸਿਆਣਪ ਸਾਡੀ ਸਮਝ ਸਾਡੀ ਸੂਝ-ਬੂਝ ਤੇ ਕਿਤਾਬਾਂ ਦੇ ਰਾਹੀਂ ਪ੍ਰਾਪਤ ਕੀਤਾ ਉਹ ਮਹਾਨ ਗਿਆਨ ਜੀ ਉਹਨੂੰ ਕਿਤਾਬਾਂ ਤੱਕ ਸੀਮਿਤ ਨਾ ਰੱਖ ਕੇ ਜ਼ਿੰਦਗੀ ਦੇ ਵਿੱਚ ਅਮਲੀ ਤੌਰ ਤੇ ਉਹਨੂੰ ਵੇਖਿਆ ਜਾਏ ਉਸ ਮੁਤਾਬਕ ਜ਼ਿੰਦਗੀ ਨੂੰ ਜੀਵਿਆ ਜਾਏ ਜਾਂ ਆਪਣੇ ਆਲੇ-ਦੁਆਲੇ ਮਾਹੌਲ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਸ ਪ੍ਰਤੀ ਕਿਤਨਾ ਕਿਤੇ ਸ਼ਕਤੀ ਨਾਲ ਸਟੈਂਡ ਲੈਣਾ ਤੇ ਕਿਤੇ ਕਿਤੇ ਦੇਖ ਕੇ ਅੰਡਰਟ ਕਰਨਾ ਇਹ ਸਾਰਾ ਕੁਝ ਕਿਤਾਬਾਂ ਪੜਿਆਂ ਗਿਆਨ ਹਾਸਲ ਕਰਨ ਦੇ ਨਾਲ ਹੀ ਪ੍ਰਾਪਤ ਹੁੰਦੇ ਆ ਉਹ ਅਵਸਥਾ ਤਾਂ ਹੀ ਬਣਦੀ ਹੈ ਫਿਰ ਸਾਡੀ ਕੋਸ਼ਿਸ਼ ਰਹੀ ਹੈ ਕਿ ਅਸੀਂ ਪੰਜਾਬੀ ਸਾਹਿਤ ਦੀਆਂ ਅਜਿਹੀਆਂ ਸਿਫਾਂ ਚਾਹੇ ਗ਼ਜ਼ਲ ਆਇਆ ਚਾਹੇ ਗੀਤ ਹੈ ਚਾਹੇ ਕਵਿਤਾ ਆ ਦੋਹਿਆਂ ਦੀ ਕਿਤਾਬ ਦਾ ਵੀ ਜ਼ਿਕਰ ਕੀਤਾ ਸੀਗਾ ਨੋਵਲ ਕਹਾਣੀ ਸੋਇ ਜੀਵਨੀ ਇਦਾਂ ਦੀਆਂ ਵੱਖ-ਵੱਖ ਸਿਫਾਂ ਉਹਦੇ ਨਾਲ ਅਸੀਂ ਸਿੱਖ ਸਾਹਿਤ ਨੂੰ ਵੀ ਨਾਲ ਦੀ ਨਾਲ ਤੁਹਾਡੇ ਰੂਬਰੂ ਕੀਤਾ ਕੁਝ ਸਿੱਖ ਸਾਹਿਤ ਦੀਆਂ ਕੁਝ ਮਕਬੂਲ ਕਿਤਾਬਾਂ ਜਿਹੜੀਆਂ ਨੇ ਉਹ ਤੁਹਾਡੇ ਰੂਬਰੂ ਕੀਤੀਆਂ ਉਹਦੇ ਨਾਲ ਸਾਡੀ ਇਹ ਕੋਸ਼ਿਸ਼ ਰਹੀ ਕਿ ਕੁਝ ਸਾਹਿਤ ਇਦਾਂ ਦਾ ਹੁੰਦਾ ਆ ਜਿਹੜਾ ਬੋਲੀ ਇਲਾਕੇ ਜਾਂ ਦੇਸ਼ ਦੀਆਂ ਹੱਦਾਂ ਨੂੰ ਤੋੜ ਦਿੰਦਾ ਆ ਉਹ ਸਮੁੱਚੇ ਵਿਸ਼ਵ ਦੀਆਂ ਸਮੱਸਿਆਵਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਆ ਜੀ ਬਿਲਕੁਲ ਉਹ ਅਸੀਂ ਉਹਨੂੰ ਅੰਤਰਰਾਸ਼ਟਰੀ ਸਾਹਿਤ ਦਾ ਨਾਮ ਦਿੰਦੇ ਆ ਉਹ ਅੰਤਰਰਾਸ਼ਟਰੀ ਸਾਹਿਤ ਉਹ ਇੰਗਲਿਸ਼ ਵਿੱਚ ਲਿਖਿਆ ਹੋ ਸਕਦਾ ਹੈ ਉਹ ਫ੍ਰੈਂਚ ਵਿੱਚ ਲਿਖਿਆ ਹੋ ਸਕਦਾ ਹੈ ਉਹ ਰਸ਼ੀਅਨ ਲੈਂਗੁਏਜ ਦੇ ਵਿੱਚ ਲਿਖਿਆ ਹੋ ਸਕਦਾ ਹੈ ਪਰ ਉਹ ਕੀ ਹੈ ਕਿ ਉਹ ਇੰਨਾ ਕੁ ਮਕਬੂਲ ਹੁੰਦਾ ਹੈ ਜ ਜਉਂਦੇ ਵਿੱਚ ਇੰਨੀ ਕੁ ਪਾਇਦਾਰ ਗੱਲ ਕੀਤੀ ਹੁੰਦੀ ਹੈ ਜਾਂ ਸਮੇ ਦੇ ਸੱਚ ਨੂੰ ਇਸ ਢੰਗ ਦੇ ਨਾਲ ਬਿਆਨ ਕੀਤਾ ਹੁੰਦਾ ਹੈ ਜਾਂ ਮਨੁੱਖੀ ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਜਾਂ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਇਸ ਢੰਗ ਦੇ ਨਾਲ ਬਿਆਨ ਕੀਤਾ ਹੁੰਦਾ ਹੈ ਕਿ ਉਹ ਸਮੁੱਚੇ ਸੰਸਾਰ ਦੀ ਇੱਕ ਸਾਂਝੀ ਰਚਨਾ ਬਣ ਜਾਂਦੀ ਹੈ ਜਿਹਨੂੰ ਅਸੀਂ ਸ਼ਾਕਾਰ ਰਚਨਾ ਵੀ ਕਹਿੰਦੇ ਆ ਜਿਹਨੂੰ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਤਰਜਮਾ ਕੀਤਾ ਗਿਆ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਉਹਨੂੰ ਪੜਾਇਆ ਗਿਆ ਜਾਂ ਅਲੱਗ ਅਲੱਗ ਦੇਸ਼ਾਂ ਦੇ ਵੱਖ-ਵੱਖ ਕਿਸਮ ਦੇ ਪਾਠਕਾਂ ਨੇ ਉਹਨੂੰ ਸਲਾਹਿਆ ਉਹਨੂੰ ਪਸੰਦ ਕੀਤਾ ਤੇ ਉਹਨੂੰ ਰეკਮੈਂਡ ਕੀਤਾ ਉਸ ਲਿਖਤ ਨੂੰ ਹੋਰਨਾਂ ਤੱਕ ਰეკਮੈਂਡ ਕੀਤਾ ਸੋ ਅੱਜ ਜਿਹੜੀ ਕਿਤਾਬ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਫਰਾਂਸ ਦੇ ਉੱਗੇ ਫਿਲਾਸਫਰ ਦੀ ਇੱਕ ਜਗਤ ਪ੍ਰਸਿੱਧ ਰਚਨਾ ਹੈ ਜੇ ਤੁਸੀਂ ਕਿਤਾਬਤ ਦੇ ਨਾਲ ਜੁੜੇ ਹੋਏ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕੈਂਡੀਡੇ ਕੈਂਡੀਡੇ ਵਾਲਟੇਅਰ ਦਾ ਲਿਖਿਆ ਹੋਇਆ ਨਾਵਲ ਹੈ ਔਰ ਇਹ ਨਾਵਲ ਸਨ 1758 ਦੇ ਵਿੱਚ ਪਹਿਲੀ ਵਾਰੀ ਛਪਿਆ ਸੀ 1758 18ਵੀਂ ਸਦੀ 19ਵੀਂ ਸਦੀ 20ਵੀਂ ਸਦੀ ਲੰਘ ਜਾਂਦੀ ਹੈ ਸੋ ਇੱਕ ਲੰਮਾ ਸਮਾਂ ਜਿਹੜਾ ਆ ਅਸੀਂ ਹੈਰਾਨ ਹੁੰਨੇ ਆ ਵੀ 58 ਵਿੱਚ ਲਿਖਿਆ 1759 ਵਿੱਚ ਛਪਿਆ ਵੀ ਅੱਜ ਵੀ ਇਹਦੀ ਜਿਹੜੀ ਮਕਬੂਲੀਅਤ ਹੈਗੀ ਹੈ ਉਹ ਉਸੇ ਤਰ੍ਹਾਂ ਬਣੀ ਹੋਈ ਹੈ ਨਰਕਕੁੰਡ ਇਹਦਾ ਜਦੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਤੇ ਕੈਂਡੀਡੇਟ ਤੋਂ ਇਹਦਾ ਨਾਮ ਜਿਹੜਾ ਆ ਉਹ ਨਰਕਕੁੰਡ ਰੱਖਿਆ ਗਿਆ ਉਹਦੇ ਪਿੱਛੇ ਕਈ ਕਾਰਨ ਹੈ ਜਦੋਂ ਅਸੀਂ ਨਾਵਲ ਪੜ੍ਹਦੇ ਹਾਂ ਤੇ ਵਾਕਈ ਪਤਾ ਲੱਗਦਾ ਆ ਵੀ ਸਾਡੀ ਜਿਹੜੀ ਮਨੁੱਖਤਾ ਦੀ ਹਾਲਾਤ ਸੀ ਜੋ ਇਸ ਨਾਵਲ ਦੇ ਵਿੱਚ ਬਿਆਨ ਕੀਤੀ ਗਈ ਹੈ ਉਹ ਨਰਕਕੁੰਡੀ ਸੀ ਹੁਕਮਰਾਨ ਮਨਮਰਜ਼ੀਆਂ ਕਰ ਰਹੇ ਨੇ ਉੱਚੀ ਜਾਤ ਵਾਲੇ ਮਨਮਰਜ਼ੀਆਂ ਕਰ ਰਹੇ ਨੇ ਜਾਗੀਰਦਾਰ ਆਪਣੀਆਂ ਮਰਜ਼ੀਆਂ ਕਰ ਰਹੇ ਨੇ ਕੰਮੀ ਕਮੀਨਾ ਦੇ ਵਾਸਤੇ ਜਿਹੜਾ ਆ ਕੋਈ ਅਧਿਕਾਰ ਜਿਹੜਾ ਆ ਉਹ ਨਹੀਂ ਹੈਗਾ ਇਹ ਕੋਈ ਭਾਰਤ ਦੀ ਗੱਲ ਨਹੀਂ ਕਰ ਰਿਹਾ ਮੈਂ ਉਸ ਕੰਟਰੀ ਦੀ ਗੱਲ ਕਰ ਰਿਹਾ ਫਰਾਂਸ ਦੀ ਗੱਲ ਕਰ ਰਿਹਾ ਮਤਲਬ ਮਤਲਬ ਕਿ ਇਹ ਚੀਜ਼ਾਂ ਵਿਸ਼ਵ ਦੇ ਵਿੱਚ ਭਾਰੂ ਰਹੀਆਂ ਆ ਕਿ ਜਿਹੜੇ ਕਮਜ਼ੋਰ ਨੇ ਦਲਤ ਨੇ ਮਜਬੂਰ ਨੇ ਨਿਮਾਣੇ ਨੇ ਨਿਤਾਣੇ ਨੇ ਉਹਨਾਂ ਉਤੇ ਟਾਰਚਰ ਹੁੰਦਾ ਰਿਹਾ ਹੈ ਉਹ ਨਾਵਲ ਪੜਿਆ ਮਤ ਹੈਰਾਨ ਹੁੰਦੀ ਹੈ ਕਿ ਇਤਨਾ ਜ਼ੁਲਮ ਹੁੰਦਾ ਰਿਹਾ ਹੋਗਾ ਭਾਵੇਂ ਕਿ ਨਾਵਲ ਵਿੱਚ ਹੋ ਸਕਦਾ ਕੋਈ ਚੀਜ਼ਾਂ ਕਲਪਨਿਕ ਹੋਣ ਪਰ ਜਿਹੜੀਆਂ ਸਮੱਸਿਆਵਾਂ ਨੇ ਉਹ ਤਾਂ ਖੈਰ ਕਲਪਨਿਕ ਨਹੀਂ ਹੈਗੀਆਂ ਖਾਸ ਗੱਲ ਇਸ ਨਾਵਲ ਦੀ ਮੈਂ ਇਹਨੂੰ ਬੜਾ ਪਸੰਦੀਦਾ ਨਾਵਲ ਬਣ ਗਿਆ ਮੇਰਾ ਇਹ ਜਿਹੜਾ ਮੈਂ ਨਾਵਲ ਪੜਿਆ। ਤਕਰੀਬਨ 30 ਕਾਂਡ ਹੈ। 100 ਤੇ 36 ਪੇਜ ਹੈ ਤੇ ਜਿਵੇਂ ਮੈਂ ਜ਼ਿਕਰ ਕੀਤਾ ਵਾਲਟੇਅਰ ਦਾ ਲਿਖਿਆ ਹੋਇਆ ਪੰਜਾਬੀ ਅਨੁਵਾਦ ਵਿੱਚ ਨਾਮ ਨਰਕਕੁੰਡ ਹੈ ਤੇ ਪੰਜਾਬੀ ਦਾ ਅਨੁਵਾਦ ਕੀਤਾ ਹੈ ਐਮ ਐਸ ਸੇਠੀ ਜੀ ਨੇ ਤੇ ਇਸ ਨੂੰ ਸਾਲ 2016 ਵਿੱਚ ਛਾਪਿਆ ਸੀਗਾ ਨਵਯੁੱਗ ਪਬਲਿਸ਼ਰਸ ਹੋਂ ਛਾਪਿਆ ਗਿਆ। ਆਰੰਭ ਦੇ ਵਿੱਚ ਦੋ ਸ਼ਬਦ ਅਨੁਵਾਦਕ ਵੱਲੋਂ ਹੈਗੇ ਨੇ ਉਹਨੇ ਬੜੀ ਕਮਾਲ ਦੀ ਗੱਲ ਲਿਖੀ ਹੈ ਕਿ ਕੈਂਡੀਡੇ ਜਾਂ ਨਰਕਕੁੰਡ ਇਹ ਰਚਨਾ ਵਾਲਟੇਅਰ ਨੇ 64 ਸਾਲ ਦੀ ਉਮਰ ਦੇ ਵਿੱਚ ਕੀਤੀ ਸੀ ਜਦੋਂ ਉਹ 64 ਸਾਲ ਦੀ ਉਮਰ ਦਾ ਹੋ ਚੁੱਕਿਆ ਸੀ ਔਰ ਇਹ ਰਚਨਾ ਕਰਨ ਵੇਲੇ ਉਹ ਬੜੇ ਪੱਕੇ ਤੇ ਪੀੜੇ ਵਿਚਾਰਾਂ ਦਾ ਧਾਰਨੀ ਬਣ ਚੁੱਕਿਆ ਸੀਗਾ ਤੇ ਇਸ ਰਚਨਾ ਦੀ ਸਮੱਸਿਆ ਸੀ ਸੂਲਾਂ ਦੀ ਸੇਜੇ ਸੁੱਤੀ ਇਹ ਦੁਨੀਆ ਜਿਸ ਚੋਬ ਤੇ ਵਿਅੰਗ ਭਰੇ ਸ਼ਬਦਾਂ ਵਿੱਚ ਉਹਨਾਂ ਦੁੱਖਾਂ ਪੀੜਾਂ ਤੇ ਕਲੇਸ਼ਾਂ ਵਿੱਚ ਘਰ ਲਾਉਂਦੀ ਇਸ ਜਗ ਰਚਨਾ ਅਤੇ ਰਚਨਹਾਰ ਦਾ ਸਮਰਥਨ ਕੀਤਾ ਆਦ ਕਾਲ ਤੋਂ ਸਾਡੇ ਸਭ ਦੀ ਇੱਕ ਸਾਂਝੀ ਸਮੱਸਿਆ ਤੁਰਿਆ ਰਹੀ ਹੈ ਮੈਂ ਜਿਵੇਂ ਆਰੰਭ ਵਿੱਚ ਗੱਲ ਕਹੀ ਵੀ ਉਹ ਸਾਂਝੀ ਸਮੱਸਿਆ ਲੱਗਦੀ ਹੈ ਪੂਰੇ ਵਿਸ਼ਵ ਦੀ ਪੂਰੇ ਬ੍ਰਹਿਮੰਡ ਨੂੰ ਤਾਂ ਹੀ ਉਹ ਆਪਣੇ ਕਾਬੂ ਦੇ ਵਿੱਚ ਕਰ ਲੈਂਦਾ ਹੈ ਵਾਲਟਰ ਜਦੋਂ ਆਪਣੀ ਇਹ ਰਚਨਾ ਲਿਖਦਾ ਹੈ ਸੋ ਸ਼ੁਰੂਆਤ ਹੁੰਦੀ ਹੈ ਜੀ ਇੱਕ ਜ਼ਿੰਮੇਵਾਰ ਦੀ ਲਾਈਫ ਤੋਂ ਵੈਸਟ ਫੈਲੀਆ ਦੇ ਵਿੱਚ ਥੰਡਰਟਨ ਤਰੋਂਖ ਦੇ ਘਰ ਤੋਂ ਸ਼ੁਰੂਆਤ ਹੁੰਦੀ ਹੈ ਕਹਾਣੀ ਚੱਲਦੀ ਹੈ ਮੁੱਖ ਕਿਰਦਾਰ ਜਿਹੜਾ ਉਹ ਕੈਂਡੀਡੇ ਹੈ ਉਹਦੀ ਮਹਿਬੂਬਾ ਹੈ ਕਾਇਨ ਗੋਂਦ ਤੇ ਉਹਦੇ ਨਾਲ ਉਹਦੇ ਸਾਥੀ ਰਲਦੇ ਨੇ ਖਾਸ ਤੌਰ ਤੇ ਉਹਦਾ 우ਸਤਾਦ ਜਿਹੜਾ ਪੈੰਗਲਸ ਔਰ ਇਹ ਤਿੰਨ ਜਿਹੜੇ ਨੇ ਵੱਖ-ਵੱਖ ਵਿਚਾਰਾਂ ਦੇ ਧਾਰਨੀ ਨੇ ਕਿ ਜੋ ਹੁੰਦਾ ਹੈ ਓਪਰ ਲਈ ਹੁੰਦਾ ਹੈ ਕਿ ਜੋ ਬੀਤ ਚੁੱਕਿਆ ਹੈ ਉਹ ਚੰਗਾ ਸੀ ਜਾਂ ਜੋ ਆਵੇਗਾ ਕਿ ਉਹ ਚੰਗਾ ਹੋਵੇਗਾ ਕਿ ਜਿਸ ਵਿੱਚੋਂ ਅਸੀਂ ਲੰਘ ਰਹੇ ਹਾਂ ਇਹ ਮਾੜਾ ਸਮਾਂ ਆ ਕਿ ਇਹ ਚੰਗਾ ਸਮਾਂ ਆ ਸਾਨੂੰ ਇਹ ਸਾਰੇ ਵਿਚਾਰ ਛੱਡ ਕੇ ਕੀ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਖੁਸ਼ ਨਿਵਾ ਬਣ ਜਾਵੇ ਕਿ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੋਣ ਉਹ ਇਹ ਕਿਤਾਬ ਪੜਿਆਂ ਪਤਾ ਲੱਗਦਾ ਆ ਵੀ ਜੋ ਬੀਤ ਚੁੱਕਿਆ ਸੀ ਉਹ ਕਿੰਨਾ ਭਲਾ ਵੇਲਾ ਸੀ ਕਿੰਨਾ ਚੰਗਾ ਵੇਲਾ ਸੀ ਅਸੀਂ ਕਿੰਨੇ ਸੁਖੀ ਸੀ ਅੱਜ ਅਸੀਂ ਦੁੱਖਾਂ ਵਿੱਚ ਆ ਜਾਂ ਜੋ ਬੀਤ ਚੁੱਕਿਆ ਸੀ ਕਿੰਨੇ ਦੁੱਖ ਵੇਖੇ ਨੇ ਅੱਜ ਅਸੀਂ ਕੁਝ ਸੁਖੀ ਜ਼ਿੰਦਗੀ ਬਤੀਤ ਕਰ ਰਹੇ ਆ ਜਾਂ ਫਿਰ ਕਿ ਜਿਹੜਾ ਭਵਿੱਖ ਹੈ ਆਉਣ ਵਾਲੋ ਕਿਹੋ ਜਿਹਾ ਹੋਵੇਗਾ ਉਹ ਕਹਿੰਦਾ ਸਾਰੇ ਸਵਾਲ ਇੱਕ ਪਾਸੇ ਰੱਖੋ ਤੁਹਾਡਾ ਹੁਣ ਦਾ ਕੰਮ ਕੀ ਹੈ ਜੋ ਤੁਸੀਂ ਕਰਨਾ ਹੈ ਉਹਦੇ ਉੱਤੇ ਫੋਕਸ ਦੇਂਦਾ ਆ ਤੇ ਉਹ ਬੜਾ ਵਧੀਆ ਲੱਗਦਾ ਜੇ ਤੁਸੀਂ ਪੜਦੇ ਆ ਜੇ ਤੁਸੀਂ ਸੁਣਦੇ ਆ ਸਮਝਦੇ ਆ ਔਰ ਖਾਸ ਗੱਲ ਇਸ ਨਾਵਲ ਦੀ ਜਿਹੜੀ ਮੈਨੂੰ ਸਭ ਤੋਂ ਬਿਹਤਰੀਨ ਗੱਲ ਲੱਗੀ ਬਹੁਤ ਫਾਸਟ ਇਹਦੀ ਸਪੀਡ ਬਹੁਤ ਜ਼ਿਆਦਾ ਹੈ ਨਾਵਲ ਸ਼ੁਰੂ ਹੁੰਦਾ ਹੈ ਔਰ ਦੌੜਦਾ ਜਾਂਦਾ ਹੈ ਤੁਹਾਨੂੰ ਕਿਤੇ ਲੱਗਦਾ ਦੇ ਵੀ ਚਲੋ ਇੰਨਾ ਕੁ ਛੱਡ ਦਿੰਦੇ ਆ ਪਰ ਹਰ ਕਾਂਡ ਵਿੱਚ ਬਹੁਤ ਤੇਜ਼ੀ ਨਾਲ ਬਹੁਤ ਸਪੀਡੀ ਘਟਨਾਵਾਂ ਬਦਲਦੀਆਂ ਨੇ ਨਵੇਂ ਪਾਤਰ ਆਉਂਦੇ ਨੇ ਜਿਹਨਾਂ ਦਾ ਸ਼ੁਰੂਆਤ ਵਿੱਚ ਕਿਤੇ ਜ਼ਿਕਰ ਵੀ ਨਹੀਂ ਹੁੰਦਾ ਉਹ ਨਵੇਂ ਪਾਤਰਾਂ ਦੇ ਆਉਣ ਦੇ ਨਾਲ ਉਹ ਹੋਰ ਦਿਲਚਸਪੀ ਵੱਧ ਜਾਂਦੀ ਹੈ ਇੱਕ ਬੁੱਢੀ ਮਾਈ ਇਹਦੇ ਵਿੱਚ ਕਰੈਕਟਰ ਹੈ ਉਹ ਸ਼ਾਮਲ ਹੁੰਦੀ ਹੈ ਮਾਰਟਿਨ ਨਾਮ ਦਾ ਕਰੈਕਟਰ ਜਿਹੜਾ ਹੈ ਉਹ ਕਾਫੀ ਤਕਰੀਬਨ ਅੱਧ ਦੇ ਵਿੱਚ ਜਾ ਕੇ ਸ਼ਾਮਲ ਹੁੰਦਾ ਹੈ ਫਿਰ ਵਕ ਵਕ ਜਿਹੜਾ ਉਹ ਸਫਰ ਕਰਦੇ ਨੇ ਇਹ ਪਾਤਰ ਉਹ ਸਫਰ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਉਹ ਲੰਘਦੇ ਨੇ ਉਹ ਕਮਾਲ ਹੈ ਉਹ ਬਿਰਤਾਂਤ ਉਹ ਦ੍ਰਿਸ਼ ਦੀ ਜਿਹੜੀ ਘਾਟ ਤਕੜੀ ਗਈ ਹੈ ਉਹ ਬਾਕਮਾਲ ਹੈਗੀ ਹੈ ਤੇ ਉਹ ਐ ਪਾਠ ਕਾਨੂੰਨ ਜੋੜ ਕੇ ਰੱਖਦੀ ਹੈ ਆਪਣੀ ਲਿਖਤ ਦੇ ਨਾਲ ਤੇ ਲੱਗਦਾ ਯਾਰ ਮੈਂ ਉਹਨਾਂ ਕਰੈਕਟਰਸ ਦੇ ਨਾਲ ਉਹਨਾਂ ਪਾਤਰਾਂ ਦੇ ਨਾਲ ਹੀ ਸਫਰ ਕਰ ਰਿਹਾ ਆਂ ਔਰ ਸਭ ਕੁਝ ਅੱਖੀਂ ਵੇਖ ਰਿਹਾ ਆਂ ਕਿਉਂਕਿ ਪੇਸ਼ਕਾਰੀ ਜਿਹੜੀ ਹੈ ਉਹ ਬੜੇ ਮਾਇਨੇ ਰੱਖਦੀ ਹੁੰਦੀ ਹੈ ਕਈ ਵਾਰ ਇਦਾਂ ਹੁੰਦਾ ਹੈ ਕਿ ਬਹੁਤ ਕਿਤਾਬਾਂ ਮਕਬੂਲ ਹੁੰਦੀਆਂ ਨੇ ਬੜੀਆਂ ਮਸ਼ਹੂਰ ਹੁੰਦੀਆਂ ਨੇ ਉਹ ਲਿਖਤ ਵਿੱਚ ਬੜਾ ਦਮ ਹੁੰਦਾ ਆ ਤੇ ਪੇਸ਼ਕਾਰੀ ਇੰਨੀ ਵਧੀਆ ਨਹੀਂ ਹੁੰਦੀ ਪਰ ਲਿਖਤ ਵਿੱਚ ਜਾਂ ਕੰਟੈਂਟ ਬਹੁਤ ਵਧੀਆ ਹੋਣ ਕਰਕੇ ਸਾਨੂੰ ਪੜਦੇ ਆਂ ਪਰੇਕਸ਼ਨ ਆਵਲੜ ਇਦਾਂ ਨਹੀਂ ਹੈ ਇਹਦਾ ਕੰਟੈਂਟ ਵੀ ਵਧੀਆ ਹੈ ਇਹਦੀ ਪੇਸ਼ਕਾਰੀ ਵੀ ਵਧੀਆ ਹੈ ਇਹਦੀ ਜਿਹੜੀ ਕਹਾਣੀ ਚੱਲਦੀ ਹੈ ਉਹਦੀ ਰਫ਼ਤਾਰ ਵੀ ਬਾਕ ਕਮਾਲ ਹੈ ਔਰ ਕਹਾਣੀ ਵਿੱਚ ਜਿਹੜੇ ਟਵਿਸਟ ਜਿਹਨੂੰ ਆਪਾਂ ਕਹਿੰਦੇ ਨਾ ਆਉਂਦੇ ਆ ਔਰ ਅਖੀਰ ਤੱਕ ਪਤਾ ਨਹੀਂ ਲੱਗਦਾ ਵੀ ਉਹ ਹੀ ਲੋਕ ਜਿਹੜੇ ਸ਼ੁਰੂਆਤ ਵਿੱਚ ਵਿਛੜਦੇ ਨੇ ਵਿਚਾਰਨ ਮਿਲਦੇ ਨੇ ਫਿਰ ਅੱਗੇ ਦੂਜੇ ਅੰਤ ਤੋਂ ਪਹਿਲਾਂ ਵਿਛੜ ਜਾਂਦੇ ਨੇ ਅੰਤ ਦੇ ਅੱਗੇ ਫਿਰ ਮਿਲਦੇ ਨੇ ਉਹ ਮੁਲਕਾਤਾਂ ਕਿਸ ਤਰ੍ਹਾਂ ਦੀਆਂ ਨੇ ਮਹਿਬੂਬ ਪ੍ਰਤੀ ਇੱਕ ਜਿਹੜੀ ਹੈ ਭਾਵਨਾ ਕਿਦਾਂ ਦੀ ਹੈ ਆਸ਼ਿਕ ਦੀ ਔਰ ਜਿਹਨੂੰ ਸੇ ਕਹਿੰਦੇ ਆ ਵੀ ਇੱਕ ਬੜਾ ਪਵਿੱਤਰ ਹੁੰਦਾ ਆ ਪਿਆਰ ਦਾ ਰਿਸ਼ਤਾ ਉਹ ਪਵਿੱਤਰਤਾ ਵੀ ਬਰਕਰਾਰ ਰਹਿੰਦੀ ਐ ਔਰ ਇੱਕ ਬੜਾ ਸ਼ਰੀਫ ਆਦਮੀ ਜਿਹੜਾ ਰੱਬ ਦੇ ਭੈਅ ਵਿੱਚ ਰਹਿੰਦਾ ਆ ਉਹ ਕਤਲ ਕਰਨ ਤੱਕ ਜਿਹੜਾ ਆ ਚਿਲ ਜਾਂਦਾ ਆ ਔਰ ਇੱਥੇ ਨਹੀਂ ਇੱਕ ਨਹੀਂ ਬਲਕਿ 2-3 ਕਤਲ ਕਰਦਾ ਆ ਉਹਦੇ ਸਾਹਮਣੇ ਉਹਦੇ ਉਸਤਾਦ ਨੂੰ ਫਾਂਸੀ ਦਿੱਤੀ ਜਾਂਦੀ ਐ ਮਾਰਕੁਟਾਈ ਕਈ ਵਾਰੀ ਉਹਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈਂਦਾ ਆ ਫਿਰ ਬੜਾ ਸੁਖਦ ਜੀਵਨ ਬਤੀਤ ਕਰਦਾ ਆ ਉੱਥੇ ਵੀ ਚਿੱਤ ਨਹੀਂ ਲੱਗਦਾ ਕਿ ਮਨੁੱਖ ਦਾ ਚਿੱਤ ਲੱਗਦਾ ਨਹੀਂ ਕਿਤੇ ਵੀ ਉਹਨੂੰ ਹਮੇਸ਼ਾ ਹੋਰ 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 ਕਿ ਸ਼ਾਇਦ ਇਸ ਤੋਂ ਵਧੀਆ ਵਧੀਆ ਹੋ ਜਾਏ ਸੋ ਇਸ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ گزارਦਾ ਹੈ ਸੋ ਨਾਵਲ ਬਾ ਕਮਾਲ ਦਾ ਹੈਗਾ ਤੇ ਉਮੀਦ ਕਰਦਾ ਹਾਂ ਕਿ ਇਸ ਨਾਵਲ ਦੇ ਬਾਰੇ ਜਿੰਨੀ ਕੋਈ ਜਾਣਕਾਰੀ ਮੈਂ ਸਾਂਝੀ ਕੀਤੀ ਹੈ ਕੋਈ ਸਮਰੀ ਨਹੀਂ ਕਰ ਰਿਹਾ ਘਟਨਾਵਾਂ ਦਾ ਬੇਰੇ ਬ ਹਲਕਾ ਫੁਲਕਾ ਦੱਸਦਾ ਹਾਂ ਤਾਂ ਕਿ ਤੁਹਾਡਾ ਇੰਟਰਸਟ ਜਿਹੜਾ ਹੈ ਉਹ ਬਣ ਸਕੇ ਸੋ ਨਾਵਲ ਵਾਲਟੇਅਰ ਦਾ ਕੈਂਡੀਡੇ ਜੋ ਕਿ ਮਕਬੂਲ ਹੈ 1859 ਵਿੱਚ ਪਹਿਲੀ ਵਾਰ ਛਪਿਆ ਸੀਗਾ ਫਰਾਂਸ ਦਾ ਪ੍ਰਸਿੱਧ ਨਾਵਲ ਹੈ ਤੇ ਇਹਦਾ ਪੰਜਾਬੀ ਅਨਵਾਦ ਐਮ ਐਸ ਸੇਠੀ ਵੱਲੋਂ ਕੀਤਾ ਗਿਆ ਤੇ ਨਾਮ ਇਹਦਾ ਬਦਲ ਕੇ ਨਰਕਕੁੰਡ ਰੱਖਿਆ ਗਿਆ ਹੈ ਆਕਾਰ ਦਾ 23 ਦਾ ਜਿਹਦਾ ਇੱਕ ਪਾਕਟ ਸਾਈਜ਼ ਜਿਹੜੀ ਆਪਾਂ ਛੋਟੀਆਂ ਬੁੱਕਸ ਦੇਖਦੇ ਆ ਇੱਕ ਆਮ ਕਿਤਾਬ ਨਾਲੋਂ ਛੋਟਾ ਸਾਈਜ਼ ਹੈਗਾ ਤੇ 136 ਕੋ ਪੰਨਿਆਂ ਦਾ ਇਹ ਨਾਵਲ 30 ਕਾਣਡ ਨੇ ਤੇ ਥੋੜੀ ਜਿਹੀ ਉਖਿਆਈ ਤੁਹਾਨੂੰ ਹੋ ਸਕਦਾ ਹੈ ਕਿ ਜਦੋਂ ਕਰੈਕਟਰਸ ਦੇ ਨਾਮ ਤੁਸੀਂ ਪੜ੍ਹਦੇ ਆ ਤੁਹਾਨੂੰ ਸਮਝ ਨਾ ਆਵੇ ਥੋੜੇ ਔਖੇ ਨੇ ਕਿਉਂਕਿ ਉਧਰ ਦੇ ਕਰੈਕਟਰ ਕਰੈਕਟਰ ਦੇ ਨਾਮ ਚੇਂਜ ਨਹੀਂ ਕੀਤੇ ਵੀ ਅਸੀਂ ਇਧਰਲੇ ਕਰ ਲੀਏ ਉਹ ਹੁਬਹੁ ਉਹੀ ਰੱਖੇ ਗਏ ਆ ਚਾਹੇ ਕਾਇਉਣ ਗੋਂਦ ਹੈ ਜਾਂ ਪੈਂਗਲਸ ਹੈ ਜੇ ਕਿ ਡੀਡੇ ਹੈ ਜਾਂ ਮਾਰਟਿਨ ਹੈ ਜਾਂ ਹੋਰ ਜਿਹੜੇ ਇਹਦੇ ਵਿੱਚ ਕਰੈਕਟਰ ਸ਼ਾਮਲ ਹੁੰਦੇ ਨੇ ਉਹ ਨਾਮ ਉਧਰ ਦੇ ਉਹ ਥੋੜੇ ਔਖੇ ਲੱਗਦੇ ਆ ਕਿਉਂਕਿ ਅਸੀਂ ਆਪਣੇ ਇੱਕ ਸੱਭਿਆਚਾਰ ਵਿੱਚ ਰਹਿ ਰਹੇ ਹੁੰਨੇ ਆ ਪਰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੁਹਾਨੂੰ ਆਪਣੇ ਸਮਾਜ ਦੀ ਜਿਹੜੀ ਹੈ ਉਹ ਲੱਗਦੀ ਹੈ ਵੀ ਕਹਾਣੀ ਸਾਡੇ ਸਮਾਜ ਦੀ ਹੈ ਜਾਂ ਸਾਡੇ ਦੇਸ਼ ਦੀ ਹੈ ਕਿ ਅੱਜ ਵੀ ਇਦਾਂ ਹੋ ਰਿਹਾ ਹੈ ਇਹ ਬਹੁਤ ਹੈਰਾਨ ਹੁੰਦੀ ਹੈ ਕਿਉਂਕਿ ਜਦੋਂ ਇਹਦਾ ਪੰਜਾਬੀ ਅਨਵਾਦ ਕੀਤਾ ਗਿਆ ਇਹ 1959 ਸੀ ਯਾਨੀ 1759 ਵਿੱਚ ਛਪਿਆ 1959 ਵਿੱਚ ਇਹਦਾ ਪੰਜਾਬੀ ਅਨਵਾਦ ਹੋਇਆ 200 ਸਾਲ ਦਾ ਸਮਾਂ ਪੰਜਦਾ ਹੈ ਲਗਭਗ ਔਰ ਉੱਥੇ ਅਨੁਵਾਦਕ ਲਿਖਦਾ ਹੈ ਕਿ ਮੈਨੂੰ ਦਿੱਖਦਾ ਵੀ ਅੱਜ ਵੀ ਸਾਡੀ ਸਮਾਜਿਕ ਸਥਿਤੀ ਕਿਤਨਾ ਕਿਤੇ ਉਸ ਸਮੇਂ ਦੇ ਨਾਲ ਮੇਲ ਖਾਂਦੀ ਹੈ ਸੋ ਇੱਥੇ ਆ ਕੇ ਤੁਹਾਨੂੰ ਜਦੋਂ ਅਸੀਂ ਇਹੋ ਜਿਹੀਆਂ ਕਿਤਾਬਾਂ ਪੜ੍ਹਦੇ ਹਾਂ ਤੇ ਕਿਤਨਾ ਕਿਤੇ ਜ਼ਰੂਰ ਮਹਿਸੂਸ ਕਰਦੇ ਹਾਂ ਵੀ ਸਾਨੂੰ ਵਾਕਈ ਸਮਾਜ ਵਿੱਚ ਇੱਕ ਬਦਲਾਅ ਦੀ ਜ਼ਰੂਰਤ ਹੈਗੀ ਹੈ ਪਰ ਸ਼ੁਰੂਆਤ ਕਿੱਥੋਂ ਹੋਵੇ ਸ਼ੁਰੂਆਤ ਹਮੇਸ਼ਾ ਆਪਣੇ ਆਪ ਤੋਂ ਹੁੰਦੀ ਹੈ ਸੋ ਕੋਸ਼ਿਸ਼ ਕਰਿਆ ਕਰੀਏ ਕਿ ਜਿਹੜੀ ਕਿਤਾਬਾਂਸੀਂ ਪੜ੍ਹਦੇ ਹਾਂ ਜਾਂ ਜਿਹੜੀਆਂ ਤੁਸੁਝਾਈਆਂ ਜਾਂਦੀਆਂ ਨੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਵੀ ਬਦਲਾਅ ਸ਼ਾਮਲ ਕਰਨ ਦੀ ਕੋਸ਼ਿਸ਼ ਕਰੀਏ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ